ਕੈਨੇਡੀਅਨ ਖਬਰਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਪ੍ਰੋਵਿੰਸਾਂ ਨੂੰ ਦੇਸ਼ ਭਰ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਮੁੜ ਵਸਾਉਣ ਲਈ ਆਟਵਾ ਦੀ ਯੋਜਨਾ ਦਾ ਫਰਮਾਨ ਜਾਰੀ ਕੀਤਾ ਗਿਆ। ਕੈਨੇਡਾ ਭਰ ਵਿੱਚ ਸੂਬਾਈ ਆਗੂ ਫੈਡਰਲ ਲਿਬਰਲ ਸਰਕਾਰ ਅਤੇ ਕਿਊਬਕ ਅਤੇ ਓਨਟਾਰੀਓ ਅਤੇ ਇਮੀਗ੍ਰੇਸ਼ਨ ਦਬਾਅ ਨੂੰ ਘੱਟ ਕਰਨ ਦੇ ਪ੍ਰਸਤਾਵ ਦੀ ਆਲੋਚਨਾ ਕਰਦੇ ਹੋਏ ਸ਼ਰਨ ਮੰਗਣ ਵਾਲਿਆਂ ਨੂੰ ਦੇਸ਼ ਭਰ ਵਿੱਚ ਵਧੇਰੇ ਬਰਾਬਰੀ ਨਾਲ ਮੁੜ ਵਸੇਬੇ ਕਰ ਰਹੇ ਨੇ। ਨਿਊ ਬ੍ਰਿੰਜ਼ਵਿਕ ਦੇ ਪ੍ਰੀਮੀਅਰ ਬਲੇਨ ਹਿੰਗਸ ਨੇ ਉਸ ਸਮੇਂ ਗਤੀਸ਼ੀਲਤਾ ਸ਼ੁਰੂ ਕੀਤੀ ਜਦੋਂ ਉਸ ਨੇ ਬੁੱਧਵਾਰ ਨੂੰ ਗ੍ਰੇਟਰ ਮਨੋਕਟਨ ਚੈਂਬਰ ਆਫ ਕਮਰਸ ਨੂੰ ਦੱਸਿਆ ਕਿ ਓਟਵਾ ਸੂਬੇ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕੀਤੇ ਬਿਨਾਂ 4,650 ਪਨਾਹ ਮੰਗਣ ਵਾਲਿਆਂ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਕਰ ਰਿਹਾ। ਅਗਲੇ ਦਿਨ ਇਮੀਗ੍ਰੇਸ਼ਨ ਮੰਤਰੀ ਦੁਆਰਾ ਉਸ ਦੀਆਂ ਟਿੱਪਣੀਆਂ ਨੂੰ ਵੱਡੇ ਪੱਧਰ 'ਤੇ ਫਰਜ਼ੀ ਕਹੇ ਜਾਣ ਤੋਂ ਬਾਅਦ ਹਿੰਗਸ ਨੇ ਆਪਣਾ ਪੱਖ ਰੱਖਿਆ। ਨਿਊ ਬ੍ਰਿੰਜ਼ਵਿਕ ਦੇ ਪ੍ਰੀਮੀਅਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ 4,600 ਵਿੱਚੋਂ ਕਿੰਨੇ ਦੀ ਤਰਹੀਜ਼ ਕੀਤੀ ਜਾਏਗੀ, ਅਸਲ ਵਿੱਚ ਕਿੰਨੇ ਸ਼ਰਨ ਮੰਗਣ ਵਾਲੇ ਨੇ, ਕਿਉਂਕਿ ਉਹ ਪ੍ਰਤੀਕਿਰਿਆ ਵਿੱਚ ਨਹੀਂ ਲੰਘੇ। ਨਿਊ ਬ੍ਰਿੰਜ਼ਵਿਕ ਪ੍ਰੀਮੀਅਰ ਨੇ ਪੱਤਰਕਾਰਾਂ ਦੇ ਨਾਲ ਜਿੱਥੇ ਗੱਲਬਾਤ ਕੀਤੀ, ਫੈਡਰਲ ਸਰਕਾਰ ਅਤੇ ਕਿਊਬਕ ਵੱਲੋਂ ਸੂਬੇ ਵਿੱਚ ਅਸਥਾਈ ਪ੍ਰਵਾਸੀ ਖਾਸ ਕਰਕੇ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਘਟਾਉਣ ਲਈ ਬਹੁਤ ਦਬਾਅ ਪਾਇਆ ਜਾ ਰਿਹਾ। ਕਿਊਬਕ ਦੇ ਪ੍ਰੀਮੀਅਰ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਕਿਊਬਕ ਦੇ ਅੰਦਰ ਅਸਥਾਈ ਪ੍ਰਵਾਸੀਆਂ ਦੀ ਗਿਣਤੀ 3 ਲੱਖ ਤੋਂ ਦੁੱਗਣੀ ਹੋ ਕੇ 6 ਲੱਖ ਹੋ ਚੁੱਕੀ ਹੈ। ਅੰਟਾਰੀਓ ਨੇ ਉਸ ਪ੍ਰਾਂਤ ਵਿੱਚ ਆਉਣ ਵਾਲੇ ਸ਼ਰਨਾਰਥੀਆਂ ਦੇ ਅਨੁਪਾਤਮਕ ਸੰਖਿਆ ਦਾ ਹਵਾਲਾ ਦਿੰਦੇ ਹੋਏ ਫੈਡਰਲ ਸਰਕਾਰ ਨੂੰ ਮਦਦ ਲਈ ਵੀ ਕਿਹਾ। ਬ੍ਰਿਟਿਸ਼ ਕੋਲੰਬੀਆ ਵਿੱਚ ਬੁੱਧਵਾਰ ਨੂੰ ਇੱਕ ਲਿਬਰਲ ਕਾਕਸ ਦੀ ਮੀਟਿੰਗ ਤੋਂ ਬਾਅਦ ਬੋਲਦਿਆਂ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਹਿੰਗਸ ਦੀਆਂ ਟਿੱਪਣੀਆਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਬਹੁਤ ਗੈਰ ਜ਼ਿੰਮੇਵਾਰਨਾ ਇਹ ਗੱਲਬਾਤ ਹੈ। ਅਸੀਂ ਕਦੇ ਵੀ ਇਹ ਨਹੀਂ ਕਿਹਾ ਕਿ ਅਸੀਂ ਪਨਾਹ ਮੰਗਣ ਵਾਲਿਆਂ ਨੂੰ ਵਿੱਤੀ ਮੁਆਵਜ਼ੇ ਤੋਂ ਬਿਨਾਂ ਸੂਬੇ 'ਤੇ ਲਗਾਵਾਂਗੇ। ਅਸੀਂ ਕਦੇ ਇਹ ਗੱਲ ਨਹੀਂ ਆਖੀਏ ਕਿ ਅਸੀਂ ਪਨਾਹ ਮੰਗਣ ਵਾਲਿਆਂ ਨੂੰ ਵਿੱਤੀ ਮੁਆਵਜ਼ੇ ਤੋਂ ਬਿਨਾਂ ਸੂਬਿਆਂ 'ਤੇ ਲਗਾਵਾਂਗੇ। ਮਿਲਰ ਨੇ ਕਿਹਾ ਕਿ ਫੈਡਰਲ ਅਤੇ ਸੂਬਈ ਅਧਿਕਾਰ ਨੇ ਗਰਮੀਆਂ ਦੌਰਾਨ ਦੇਸ਼ ਭਰ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਵੰਡਣ ਲਈ ਸੰਘੀ ਫੰਡਿੰਗ ਦੀ ਜ਼ਿੰਮੇਵਾਰੀ ਬਾਰੇ ਚਰਚਾ ਕਰਨ ਲਈ ਮੁਲਾਕਾਤ ਕੀਤੀ ਸੀ ਜੋ ਉਹ ਲੇਬਰ ਮਾਰਕੀਟ ਵਿੱਚ ਏਕੀਕ੍ਰਿਤ ਹੋ ਸਕਣ। ਮਿਲਰ ਨੇ ਕਿਹਾ ਕਿ ਅੱਗੇ ਵਧਣ ਲਈ ਸਾਨੂੰ ਟੇਬਲ 'ਤੇ ਨੰਬਰ ਲਾਉਣੇ ਪੈਣਗੇ ਅਤੇ ਪਨਾਹ ਮੰਗਣ ਵਾਲਿਆਂ ਦੀ ਇੱਕ ਅਭਿਲਾਸੀ ਸੰਖਿਆ ਇਹੋ ਜਿਹੀ ਹੋਵੇਗੀ। ਮਿਲਰ ਨੇ ਇਹ ਗੱਲ ਆਖੀ ਹੈ। ਮੰਤਰੀ ਨੇ ਕਿਹਾ ਕਿ ਸਵਾਲ ਵਿੱਚ ਨੰਬਰ ਹਰੇਕ ਸੂਬੇ ਦੀ ਆਬਾਦੀ ਦਰਸਾਉਣ ਵਾਲੇ ਮਾਡਲਾਂ 'ਤੇ ਆਧਾਰਿਤ ਹੈ। ਉਹਨਾਂ ਨੇ ਕਿਹਾ ਕਿ ਛੋਟੇ ਪ੍ਰੋਵਿੰਸਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਓਨਟਾਰੀਓ ਅਤੇ ਕਿਊਬਕ ਦੁਆਰਾ ਦਬਾਅ ਨੂੰ ਘੱਟ ਕਰਨ ਲਈ ਵਧੇਰੇ ਸ਼ਰਨ ਮੰਗਣ ਵਾਲਿਆਂ ਨੂੰ ਲੈਣ। ਪਰ ਉਹਨਾਂ ਨੇ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਨਿਊ ਬ੍ਰਿੰਜ਼ਵਿਕ ਨੇ 4,600 ਸ਼ਰਨ ਮੰਗਣ ਵਾਲਿਆਂ ਨੂੰ ਲੈਣ ਲਈ ਮਜਬੂਰ ਕੀਤਾ ਜਾਵੇ। ਮਿਲਰ ਨੇ ਕਿਹਾ ਕਿ ਅਸੀਂ ਨਿਊ ਬ੍ਰਿੰਜ਼ਵਿਕ ਵਰਗੇ ਸੂਬੇ ਤੋਂ ਆਪਣਾ ਹਿੱਸਾ ਨਿਭਾਉਣ ਦੀ ਉਮੀਦ ਕਰਾਂਗੇ, ਪਰ ਆਖਰੀ ਚੀਜ਼ ਜੋ ਦੇਖਣਾ ਚਾਹੁੰਦੇ ਹੋ ਇਸ ਦਾ ਸਿਆਸੀਕਰਨ ਕੀਤਾ ਜਾ ਰਿਹਾ। ਮਿਲਰ ਨੇ ਸੁਝਾਅ ਦਿੱਤਾ ਕਿ ਨਿਊ ਬ੍ਰਿੰਜ਼ਵਿਕ ਮੰਤਰੀਆਂ ਨੂੰ ਸੰਕੇਤ ਦਿੱਤਾ ਜਾਂਦਾ ਕਿ ਪ੍ਰਾਂਤ ਸੰਘੀ ਮੁਆਵਜ਼ੇ ਦੀ ਪਰਵਾਹ ਕੀਤੇ ਬਿਨਾਂ ਕਿਸੇ ਵੀ ਸ਼ਰਨ ਮੰਗਣ ਵਾਲੇ ਨੂੰ ਦਾਖਲ ਨਹੀਂ ਕਰਨਾ ਚਾਹੁੰਦਾ, ਅਤੇ ਉਸ ਨੇ ਪੁਸ਼ਟੀ ਕੀਤੀ ਕਿ ਕੁਝ ਹੋਰ ਪ੍ਰਾਂਤ ਵੀ ਉਹਨਾਂ ਨੂੰ ਅੰਦਰ ਜਾਣ ਦਾ ਵਿਰੋਧ ਕਰ ਰਹੇ ਨੇ। ਅਸੀਂ ਬਹੁਤ ਸਾਰੇ ਪ੍ਰੋਤਸਾਹਨਾਂ 'ਤੇ ਵਿਚਾਰ ਕਰ ਰਹੇ ਹਾਂ ਜੋ ਉਹਨਾਂ ਪ੍ਰਾਂਤਾਂ ਨੂੰ ਧੱਕਣਗੇ ਜੋ ਅੜਚਣ ਵਾਲੇ ਹਨ, ਇਹ ਗੱਲ ਆਖੀ ਗਈ ਹੈ। ਅਤੇ ਇਹ ਸਿਰਫ ਨਿਊ ਬ੍ਰਿੰਜ਼ਵਿਕ ਨਹੀਂ, ਓਟਵਾ 'ਤੇ ਵੀ ਪ੍ਰਸਤਾਵ ਦੇ ਵਿਰੁੱਧ ਪਿੱਛੇ ਹਟ ਗਿਆ। ਓਟਵਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਉਹਨਾਂ ਦੇ ਸੂਬੇ ਵਿੱਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਦਾ ਵਿਰੋਧ ਕਰ ਰਹੀ ਹੈ। ਹਾਲਾਂਕਿ ਅਲਬਰਟਾ ਕੈਨੇਡੀਅਨ ਆਬਾਦੀ ਦਾ ਸਿਰਫ 11.8% ਦੀ ਨੁਮਾਇੰਦਗੀ ਕਰਦੀ ਹੈ। ਅਸੀਂ ਵਰਤਮਾਨ ਵਿੱਚ ਲਗਭਗ 22% 70,000 ਤੋਂ ਵੱਧ
ਯੂਕਰੇਨੀ ਨਿਕਾਸੀ ਲੋਕਾਂ ਦੀ ਸਹਾਇਤਾ ਕਰ ਰਹੇ ਹਾਂ ਜੋ ਕੈਨੇਡਾ ਪਹੁੰਚੇ ਸਨ ਅਤੇ ਉਹਨਾਂ ਨੇ ਇਹ ਬਿਆਨ ਵਿੱਚ ਗੱਲ ਆਖੀ ਹੈ। ਅਸੀਂ ਕੈਨੇਡਾ ਸਰਕਾਰ ਨੂੰ ਸੂਚਿਤ ਕਰ ਰਹੇ ਹਾਂ ਕਿ ਅਗਲੇ ਨੋਟਿਸ ਤੱਕ ਅਲਬਰਟਾ ਸਾਡੇ ਸੂਬੇ ਵਿੱਚ ਇਹਨਾਂ ਵਾਧੂ ਪਨਾਹ ਮੰਗਣ ਵਾਲਿਆਂ ਨੂੰ ਵਸਾਉਣ ਲਈ ਖੁੱਲ੍ਹਾ ਨਹੀਂ ਹੈ। ਮਿਲਰ ਨੇ ਵੀਰਵਾਰ ਨੂੰ ਦੇਰ ਰਾਤ ਸਮਿਥ 'ਤੇ ਸੋਸ਼ਲ ਮੀਡੀਆ 'ਤੇ ਇੱਕ ਪੱਤਰ ਪੋਸਟ ਕੀਤਾ ਜਿੱਥੇ ਅਲਬਰਟਾ ਦੇ ਪ੍ਰੀਮੀਅਰ ਦੇ ਨਾਲ ਸਾਲ ਲਈ ਸੂਬੇ ਲਈ ਅਲਾਟ ਕੀਤੇ ਗਏ ਪ੍ਰਵਾਸੀਆਂ ਦੀ ਘੱਟ ਗਿਣਤੀ ਦੀ ਚਿੰਤਾ ਜ਼ਾਹਰ ਕੀਤੀ। ਪ੍ਰਾਂਤ ਨੇ 2024 ਵਿੱਚ 14,000 ਪ੍ਰਵਾਸੀਆਂ ਦੀ ਬੇਨਤੀਆਂ ਕੀਤੀਆਂ ਪਰ ਸਿਰਫ 9,750 ਪ੍ਰਾਪਤ ਹੋਏ। ਉਹਨਾਂ ਪੱਤਰਾਂ ਵਿੱਚ ਇਹ ਗੱਲ ਆਖੀ ਗਈ ਹੈ। ਇਸ ਤੋਂ ਇਲਾਵਾ ਅਲਬਰਟਾ ਇਸ ਸਮੇਂ ਅਲਬਰਟਾ ਦੇ ਅੰਦਰ 57,000 ਤੋਂ ਵੱਧ ਨਿਵਾਸੀਆਂ ਦੇ ਨਾਲ ਵੱਡੀ ਗਿਣਤੀ ਵਿੱਚ ਯੂਕਰੇਨੀ ਨਿਕਾਸੀ ਲੋਕਾਂ ਦਾ ਸਵਾਗਤ ਕਰ ਰਿਹਾ। ਇਹ ਅਨੁਮਾਨ ਲਗਾਇਆ ਜਾ ਰਿਹਾ ਕਿ 93% ਤੋਂ ਵੱਧ ਯੂਕਰੇਨੀ ਨਿਕਾਸੀ ਅਲਬਰਟਾ ਵਿੱਚ ਰਹਿਣਗੇ ਅਤੇ ਸਥਾਈ ਨਿਵਾਸ ਦੀ ਮੰਗ ਕਰਨਗੇ। ਉਹ ਪੱਤਰ ਵਿੱਚ ਇਹ ਗੱਲ ਆਖੀ ਗਈ ਹੈ ਅਤੇ ਇਹ ਲਗਭਗ ਆਂਕੜਾ 24,000 ਪਰਿਵਾਰਾਂ ਨੂੰ ਦਰਸਾਉਂਦਾ। ਉਸਨੇ ਕਿਹਾ ਕਿ ਵਧੇਰੇ ਸਥਾਈ ਕਾਨੂੰਨ ਯੂਕਰੇਨੀ ਪ੍ਰਵਾਸੀਆਂ ਨੂੰ ਸਥਾਈ ਨਿਵਾਸੀ ਬਣਨ ਦਾ ਮੌਕਾ ਦਿੱਤੇ ਜਾਣੇ ਚਾਹੀਦੇ ਨੇ। ਫੈਡਰਲ ਸਰਕਾਰ ਦੁਆਰਾ ਪ੍ਰਵਾਸੀ ਸੰਖਿਆ ਨੂੰ ਘਟਾਉਣ ਦਾ ਫੈਸਲਾ ਦਰਸਾਉਂਦਾ ਹੈ ਕਿ ਪ੍ਰਾਂਤ ਨੂੰ ਇਮੀਗ੍ਰੇਸ਼ਨ ਨੀਤੀਆਂ ਬਾਰੇ ਫੈਸਲਿਆਂ ਵਿੱਚ ਵਧੇਰੇ ਸ਼ਮੂਲੀਅਤ ਲਈ ਆਪਣੇ ਲਈ ਵਕਾਲਤ ਕਰਨੀ ਪਵੇਗੀ। ਉਸਨੇ ਅਣ ਅਧਿਕਾਰਕ ਪੱਤਰ ਵਿੱਚ ਇਹ ਗੱਲ ਹੈ ਜੇਕਰ ਫੈਡਰਲ ਸਰਕਾਰ ਸਾਡੀ ਨੀਤੀਆਂ ਪ੍ਰਤੀ ਜਵਾਬਦੇਹ ਨਹੀਂ ਬਣਨਾ ਜਾਰੀ ਰੱਖਦੀ ਤਾਂ ਅਲਬਰਟਾ ਉਹਨਾਂ ਖੇਤਰਾਂ ਦਾ ਮੁਲਾਂਕਣ ਕਰੇਗਾ ਜਿੱਥੇ ਅਸੀਂ ਆਪਣੇ ਸੂਬੇ ਦੇ ਹਿੱਤਾਂ ਨੂੰ ਬਿਹਤਰ ਬਣਾਉਣ ਲਈ ਇਮੀਗ੍ਰੇਸ਼ਨ ਅਤੇ ਸੈਟਲਮੈਂਟ ਸੇਵਾਵਾਂ ਵਿੱਚ ਵੱਡੀ ਭੂਮਿਕਾ 'ਤੇ ਜ਼ੋਰ ਦੇ ਰਹੇ ਹਾਂ। ਸਮਿਥ ਦੇ ਕਾਰਜਕਾਰੀ ਨਿਰਦੇਸ਼ਕ ਰੌਬ ਐਡਿਸ਼ਨ ਨੇ ਮਿਲਰ ਦੇ ਸੋਸ਼ਲ ਮੀਡੀਆ 'ਤੇ ਜਵਾਬ ਦਿੱਤਾ ਹੈ ਕਿ ਫੈਡਰਲ ਇਮੀਗ੍ਰੇਸ਼ਨ ਮੰਤਰੀ ਅਤੇ ਸ਼ਰਨਾਰਥੀ ਅਤੇ ਆਰਥਿਕ ਪ੍ਰਵਾਸੀਆਂ ਵਿਚਕਾਰ ਅੰਤਰ ਨੂੰ ਨਾ ਸਮਝਣ ਦਾ ਦੋਸ਼ ਲਗਾਇਆ। ਨੋਵਾ ਸਕੋਸ਼ੀਆ ਪ੍ਰੀਮੀਅਰ ਟਿਮ ਹਾਊਸਟਨ ਨੇ ਕਿਹਾ ਹੈ ਕਿ ਸਕੈਚਮੈਨ ਇਮੀਗ੍ਰੇਸ਼ਨ ਮੰਤਰੀ ਜੇਰੇਮੀ ਹੈਰਿਸਨ ਨੇ ਕਿਹਾ ਹੈ ਕਿ ਸੂਬੇ ਨੇ ਸ਼ਰਨਾਰਥੀਆਂ ਦੇ ਮੁੜ ਵਸੇਬੇ ਬਾਰੇ ਸੰਘੀ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ। ਉਸਨੇ ਇੱਕ ਬਿਆਨ ਦੇ ਵਿੱਚ ਇਹ ਗੱਲ ਆਖੀ ਕਿ ਸਕੈਚਮੈਨ ਸਾਡੇ ਸੂਬੇ ਵਿੱਚ ਸ਼ਰਨ ਮੰਗਣ ਵਾਲਿਆਂ ਨੂੰ ਇੱਕ ਸਪਾਟ ਤੌਰ 'ਤੇ ਅਲਰਟ ਕਰਨ ਲਈ ਫੈਡਰਲ ਸਰਕਾਰ ਦੇ ਕਿਸੇ ਵੀ ਕਦਮ ਦਾ ਸਖ਼ਤ ਵਿਰੋਧ ਕਰੇਗਾ ਅਤੇ ਫੈਡਰਲ ਅਤੇ ਸੂਬੇ ਇਮੀਗ੍ਰੇਸ਼ਨ ਮੰਤਰੀਆਂ ਦੀਆਂ ਮੀਟਿੰਗਾਂ ਵਿੱਚ ਸਿੱਧੇ ਤੌਰ 'ਤੇ ਸਪਸ਼ਟ ਕੀਤਾ ਗਿਆ ਕਿ ਉਸ ਨੇ ਇਸ ਬਿਆਨ ਦੇ ਵਿੱਚ ਕਲੀਅਰ ਕੀਤਾ। ਬ੍ਰਿਟਿਸ਼ ਕੋਲੰਬੀਆ ਦੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਜੌਨ ਰੁਸਟੈਡ ਨੇ ਓਨਟਾਰੀਓ ਦੀ ਯੋਜਨਾ ਨੂੰ ਬਿਨਾਂ ਕਿਸੇ ਵਿੱਤੀ ਸਹਾਇਤਾ ਦੇ ਲਗਭਗ 21,000 ਸ਼ਰਨ ਮੰਗਣ ਵਾਲਿਆਂ ਨੂੰ ਪ੍ਰਾਂਤ ਵਿੱਚ ਜ਼ਬਰਦਸਤੀ ਕਰਨ ਦੀ ਯੋਜਨਾ ਨੂੰ ਇੱਕ ਲਾਪਰਵਾਹੀ ਵਾਲਾ ਵੱਡਾ ਫੈਸਲਾ ਦੱਸਿਆ। ਨਿਊ ਬ੍ਰੈਂਸਵਿਕ ਲਿਬਰਲ ਲੀਡਰ ਸੂਜ਼ਨ ਹੌਟ ਨੇ ਹਿੰਸ ਦੇ ਇਲਜ਼ਾਮ ਲਗਾਇਆ ਕਿ ਉਹ ਇੱਕ ਸੂਬੇ ਚੋਣ ਨਾਲ ਭਟਕਣਾ ਪੈਦਾ ਕਰ ਰਿਹਾ ਹੈ। ਉਸ ਨੇ ਇੱਕ ਬਿਆਨ ਵਿੱਚ ਇਹ ਗੱਲ ਆਖੀ ਪ੍ਰੀਮੀਅਰ ਹਿੰਸ ਇੱਕ ਵਾਰ ਫਿਰ ਲਾਪਰਵਾਹੀ ਅਤੇ ਤੱਥਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰ ਰਹੇ ਹਾਂ ਜਦੋਂ ਕਿ ਸੰਭਾਵੀ ਸ਼ਰਨ ਮੰਗਣ ਵਾਲਿਆਂ ਵਿੱਚ ਇਸ ਖਬਰ ਬਾਰੇ ਵੰਡ ਅਤੇ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਊ ਬ੍ਰੈਂਸਵਿਕ ਗ੍ਰੀਨ ਲੀਡਰ ਡੇਵਿਡ ਕੂਨ ਨੇ ਕਿਹਾ ਹੈ ਕਿ ਉਹ ਬੱਸ ਫਰਸ਼ 'ਤੇ ਡਿੱਗਿਆ ਜਦੋਂ ਉਸਨੇ ਹਿੰਗਸ ਨੂੰ ਨਿਊ ਬ੍ਰੈਂਸਵਿਕ ਵਿੱਚ ਆਉਣ ਵਾਲੇ ਹਜ਼ਾਰਾਂ ਅਤੇ ਹਜ਼ਾਰਾਂ ਲੋਕਾਂ ਨੂੰ ਡਰਾਉਣੀ ਤਸਵੀਰ ਬਾਰੇ ਗੱਲ ਸੁਣਾਈ ਹੈ।
ਇੱਕ ਨਹਾਉਣੀ ਸੀ ਅਤੇ ਉਸਨੇ ਸਪੱਸ਼ਟ ਤੌਰ 'ਤੇ ਇਸ ਮੁਹਿੰਮ ਨੂੰ ਨੀਵਾਂ ਅਪਣਾਉਣ ਦਾ ਫੈਸਲਾ ਕੀਤਾ। ਕੁਝ ਨੂੰ ਅਪਣਾਉਣ ਅਤੇ ਆਓ ਟਰੰਪ ਲਾਈਟ ਕਹੀਏ ਡਰ ਪੈਦਾ ਕਰਨ ਲਈ ਉਨ ਨੇ ਸੰਯੁਕਤ ਰਾਜ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਆਖੀ ਹੈ। ਕੂਨ ਨੇ ਇਹ ਗੱਲ ਵੀ ਕਹੀ ਹੈ ਕਿ ਪਨਾਹ ਮੰਗਣ ਵਾਲੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਘਰੇਲੂ ਦੇਸ਼ਾਂ ਤੋਂ ਖਤਰਨਾਕ ਸਥਿਤੀਆਂ ਤੋਂ ਬਚਣ ਲਈ ਕੋਸ਼ਿਸ਼ ਕਰ ਰਹੇ ਨੇ, ਉਹ ਊਰਜਾ ਲਿਆਉਂਦੇ ਨੇ ਅਤੇ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਂਦੇ ਨੇ। ਇਹ ਉਹ ਪ੍ਰੀਮੀਅਰ ਹੈ ਜੋ ਗੈਸ ਦੀ ਰੋਸ਼ਨੀ ਦਾ ਡਰ ਦਾ ਅਭਿਆਸ ਕਰਦਾ ਹੈ, ਉਹਨਾਂ ਲੋਕਾਂ ਨੂੰ ਪ੍ਰਕਾਸ਼ਮਾਨ ਕਰਦਾ ਹੈ ਜੋ ਆਪਣੇ ਵਿਚਾਰਾਂ ਵਿੱਚ ਪੱਖਪਾਤ ਅਤੇ ਕੱਟੜਤਾ ਰੱਖਦੇ ਨੇ। ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਰ ਨਿਊਜ਼ਵਾਲਾ .com ਦੇ ਨਾਲ।